ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਗੱਲ ਕਰਾਂਗੇ ਪੰਜਾਬ ਦੇ ਮਾਨ ਹਰਭਜਨ ਮਾਨ ਬਾਰੇ ਅਤੇ ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਜਵਾਕ ਬੱਚੇ ਕੀ ਕਰਦੇ ਨੇ। ਕਿਉਂਕਿ ਦੋਸਤੋ, ਹਰਭਜਨ ਮਾਨ ਨੂੰ ਹਰ ਕੋਈ ਜਾਣਦਾ, ਅਸੀਂ ਅਕਸਰ ਸੋਸ਼ਲ ਮੀਡੀਆ 'ਤੇ ਵੇਖਦੇ ਰਹਿੰਦੇ ਹਾਂ, ਪਰ ਉਹਨਾਂ ਦੇ ਬੱਚਿਆਂ ਬਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਘੱਟ ਪਤਾ। ਤਾਂ ਦੋਸਤੋ, ਹਰਭਜਨ ਮਾਨ ਦੀ ਗੱਲ ਕਰੀਏ। ਹਰਭਜਨ ਮਾਨ ਇੱਕ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਨਾਮ ਹੈ। ਜਦੋਂ ਇੱਕ ਟਾਈਮ 'ਤੇ ਪੰਜਾਬੀ ਫਿਲਮਾਂ ਬਣਨੀਆਂ ਬੰਦ ਹੋ ਗਈਆਂ ਸੀ ਜਾਂ ਚੱਲਣੀਆਂ ਬੰਦ ਹੋ ਗਈਆਂ ਸੀ, ਤਾਂ ਉਸ ਟਾਈਮ ਹਰਭਜਨ ਮਾਨ ਨੇ ਜੀ ਆਇਆਂ ਨੂੰ ਫਿਲਮ ਬਣਾ ਕੇ ਬਹੁਤ ਵੱਡਾ ਜਿਹੜਾ ਆਪਾਂ ਕਹਿ ਦਈਏ ਇਤਿਹਾਸ ਰਚਤਾ ਸੀ, ਅਤੇ ਕਮਾਈ ਵੀ ਬਹੁਤ ਜ਼ਿਆਦਾ ਕੀਤੀ ਸੀ ਉਸ ਫਿਲਮ ਨੇ। ਅਤੇ ਉਸ ਤੋਂ ਬਾਅਦ ਜਿਹੜੀਆਂ ਪੰਜਾਬੀ ਫਿਲਮਾਂ ਦੁਬਾਰੇ ਬਣਨ ਲੱਗ ਗਈਆਂ ਸੀ। ਹਾਂਜੀ ਦੋਸਤੋ, ਗੱਲ ਕਰਦੇ ਹਾਂ ਹਰਭਜਨ ਮਾਨ ਦੀ ਫੈਮਿਲੀ ਬਾਰੇ। ਹਰਭਜਨ ਮਾਨ 4 ਭਰਾ ਅਤੇ 3 ਭੈਣਾਂ ਸੀ ਹਰਭਜਨ ਮਾਨ ਦੀਆਂ। ਅਤੇ ਦੋਸਤੋ, ਪਰ ਇੱਕ ਭਰਾ ਦੀ ਜਿਹੜੀ ਡੈਥ ਹੋ ਗਈ ਸੀਗੀ। ਹਰਭਜਨ ਮਾਨ ਦਾ ਇੱਕ ਭਰਾ ਛੋਟੇ ਹੁੰਦੇ ਜਦੋਂ ਬਰਫ਼ 'ਤੇ ਖੇਡ ਰਿਹਾ ਸੀ ਤਾਂ ਉਹ ਜਿਹੜਾ ਡਿੱਗ ਗਿਆ ਸੀ ਅਤੇ ਬਾਂਹ ਟੁੱਟ ਗਈ ਸੀ, ਅਤੇ ਉਦੋਂ ਬਾਅਦ ਜਿਹੜੀ ਉਹਨਾਂ ਦੀ ਡੈਥ ਵੀ ਹੋ ਗਈ ਸੀ। ਦੋਸਤੋ, ਛੋਟੇ ਹੁੰਦੇ ਹੀ ਹਰਭਜਨ ਮਾਨ ਹੋਰ ਕੈਨੇਡਾ ਚਲੇ ਗਏ ਸੀ, ਅਤੇ ਉਹਨਾਂ ਦਾ ਗੁਰਸੇਵਕ ਮਾਨ ਜਿਹੜਾ ਭਰਾ ਹੈ ਉਹ ਵੀ ਜਿਹੜਾ ਹਰਭਜਨ ਮਾਨ ਨਾਲ, ਤੁਸੀਂ ਵੇਖਿਆ ਹੋਣਾ ਬਹੁਤ ਸਾਰੀਆਂ ਰੀਲਾਂ ਨਾਲ, ਰੀਲਾਂ ਵਿੱਚ ਜਿਹੜਾ ਉਹਨਾਂ ਨੇ ਗਾਇਆ। ਤਾਂ ਦੋਸਤੋ, ਹਰਭਜਨ ਮਾਨ ਛੋਟੇ ਹੁੰਦੇ ਜਿਹੜਾ ਕੈਨੇਡਾ ਚਲਾ ਗਿਆ ਸੀ, ਅਤੇ ਉਸ ਤੋਂ ਬਾਅਦ ਜਿਹੜਾ ਉੱਥੇ ਗਾਉਣ ਲੱਗਿਆ ਅਤੇ ਕਾਫ਼ੀ ਜਿਹੜਾ ਫੇਮਸ ਹੋ ਗਿਆ ਸੀ ਦੋਸਤੋ। ਅਤੇ ਹੁਣ ਗੱਲ ਕਰੀਏ ਹਰਭਜਨ ਮਾਨ ਦੇ ਜਵਾਕਾਂ ਬਾਰੇ। ਦੋਸਤੋ, ਹਰਭਜਨ ਮਾਨ ਕੋਲ 2 ਮੁੰਡੇ ਅਤੇ 1 ਕੁੜੀ ਹੈ, ਅਤੇ ਉਹਨਾਂ ਦੇ ਜਿਹੜੀ ਕੁੜੀ ਦਾ ਨਾਮ ਉਹ ਸਹਾਰ ਮਾਨ ਹੈ, ਅਤੇ ਉਹਨਾਂ ਦੇ ਜਿਹੜੇ ਮੁੰਡਿਆਂ ਦਾ ਨਾਮ ਇੱਕ ਦਾ ਅਵਕਾਸ਼ ਮਾਨ ਜੋ ਕਿ ਹਰਭਜਨ ਮਾਨ ਨਾਲ ਗਾਉਂਦੇ ਵੀ ਨੇ, ਅਤੇ ਇੱਕ ਮੁੰਡੇ ਦਾ ਜਿਹੜਾ ਨਾਮ ਹੈ ਇੰਦਰ ਮੇਹਰ ਮਾਨ ਹੈ, ਅਤੇ ਉਹ ਵੀ ਜਿਹੜਾ ਕੈਨੇਡਾ ਦੇ ਵਿੱਚ ਰਹਿੰਦੇ ਨੇ। ਦੋਸਤੋ, ਗੱਲ ਕਰੀਏ ਹਰਭਜਨ ਮਾਨ ਦੀ ਕੁੜੀ ਬਾਰੇ। ਤਾਂ ਦੋਸਤੋ, ਹਰਭਜਨ ਮਾਨ ਦੀ ਕੁੜੀ ਨੇ ਜਿਹੜੀ ਲੰਡਨ ਤੋਂ ਇਕਨੋਮਿਕਸ ਦੀ MSc ਕੀਤੀ ਹੋਈ ਹੈ, ਅਤੇ ਤੁਸੀਂ ਕਾਫ਼ੀ ਸੋਸ਼ਲ ਮੀਡੀਆ 'ਤੇ ਉਹਨਾਂ ਦੀ ਵੀਡੀਓ ਦੇਖੀਆਂ ਹੋਣੀਆਂ, ਅਤੇ ਉਹ ਇੱਕ ਬਲੌਗਰ ਵੀ ਨੇ। ਹਾਂਜੀ ਦੋਸਤੋ, ਹਰਭਜਨ ਮਾਨ ਨਾਲ ਜਦੋਂ ਉਹ ਆਉਂਦੇ ਨੇ ਤਾਂ ਕਈ ਵਾਰੀ ਪਿੰਡ ਵਿੱਚ ਆ ਕੇ ਬਹੁਤ ਸਾਰੇ ਜਿਹੜੇ ਬਲੌਗ ਵੀ ਬਣਾਉਂਦੇ ਨੇ। ਅਤੇ ਦੋਸਤੋ, ਹਰਭਜਨ ਮਾਨ ਜਿਹੜਾ ਇੱਕ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਨਾਮ ਹੈ, ਅਤੇ ਹਮੇਸ਼ਾ ਆਪਣੀ ਸੁੱਚੀ ਗਾਇਕੀ ਨਾਲ ਲੋਕਾਂ ਦਾ ਦਿਲ ਜਿੱਤਦਾ ਆਇਆ। ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਉਦੋਂ ਵੀ ਦੋਸਤੋ ਹਰਭਜਨ ਮਾਨ ਨੇ ਜਿਹੜੇ ਕਾਫ਼ੀ ਵੱਧ ਚੜ੍ਹ ਕੇ ਹਿੱਸਾ ਲਿਆ ਸੀ, ਅਤੇ ਅਕਸਰ ਲਾਈਵ ਸ਼ੋਆਂ ਦੇ ਵਿੱਚ ਆਪਾਂ ਹਰਭਜਨ ਮਾਨ ਨੂੰ ਵੇਖਦੇ ਹਾਂ, ਉਹ ਵੱਡਿਆਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਨੇ, ਅਤੇ ਜਿਹੜੀ ਉਹਨਾਂ ਦੀ ਵਾਈਫ ਹਰਮਨ ਮਾਨ ਹੈ ਉਹ ਵੀ ਉਹਨਾਂ ਨਾਲ ਬਹੁਤ ਜ਼ਿਆਦਾ, ਤੁਸੀਂ ਦੇਖਿਆ ਹੋਣਾ, ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਨੇ। ਜੇਕਰ ਗੱਲ ਕਰੀਏ ਹਰਭਜਨ ਮਾਨ ਦੇ ਪਿੰਡ ਦੀ, ਤਾਂ ਹਰਭਜਨ ਮਾਨ ਦਾ ਪਿੰਡ ਜਿਹੜਾ ਖੇਮੂ ਆਣਾ, ਅਤੇ ਆਪਣੇ ਬਰਥਡੇ 'ਤੇ ਜਾਂ ਕੋਈ ਹੋਰ ਵੀ ਪ੍ਰੋਗਰਾਮ ਪਿੰਡ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਤਾਂ ਹਰਭਜਨ ਮਾਨ ਜਿਹੜਾ ਆਪਣੇ ਪਿੰਡ ਵਿੱਚ ਆ ਕੇ ਜਾਂਦੇ ਨੇ। ਕਈ ਦਿਨਾਂ ਤੋਂ ਅਸੀਂ ਕਈ ਵੀਡੀਓ ਪਾਈਆਂ ਸੀ ਹਰਭਜਨ ਮਾਨ ਦੀਆਂ ਜਿਹੜੀਆਂ ਤੁਸੀਂ ਵੇਖੀਆਂ ਹੋਣੀਆਂ, ਅਤੇ ਹਰਭਜਨ ਮਾਨ ਆਪਣੇ ਪਿੰਡ ਵਿੱਚ ਜਦੋਂ ਵੀ ਕੋਈ ਵਿਆਹ ਹੁੰਦਾ ਤਾਂ ਉੱਥੇ ਵੀ ਆ ਕੇ ਜਾਂਦਾ ਦੋਸਤੋ। ਅਤੇ ਕਈ ਵਾਰੀ ਜੇ ਆਪਣੇ ਪਿੰਡ ਦੇ ਵਿੱਚੋਂ ਦੀ ਜਾਂ ਨੇੜੇ ਤੇੜੋ ਦੀ ਲੰਘ ਰਿਹਾ ਹੋਵੇ ਉਦੋਂ ਵੀ ਆਪਣੇ ਪਿੰਡ ਵਿੱਚ ਆ ਕੇ ਜਾਂਦਾ, ਅਤੇ ਵੱਡਿਆਂ ਨੂੰ ਬਹੁਤ ਜ਼ਿਆਦਾ ਜਿਹੜਾ ਸਤਿਕਾਰ ਦੇ ਨਾਲ ਮਿਲਦਾ ਦੋਸਤੋ। ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਜੇਕਰ ਤੁਸੀਂ ਹਰਭਜਨ ਮਾਨ ਜੀ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ।